ਜਿਹੜਾ ਬੰਦਾ ਕਲਾਕਾਰਾਂ ਦੇ ਲਈ ਬੌਂਸਰ ਦਾ ਕੰਮ ਕਰਦਾ ਸੀ ਅਤੇ ਕਬੱਡੀ ਖੇਡ ਮੈਦਾਨ ਦੇ ਵਿੱਚ ਬੌਂਸਰ ਦਾ ਕੰਮ ਕਰਦਾ ਸੀ, ਅੱਜ ਉਹ ਬੰਦਾ ਜਦੋਂ ਭੀੜ ਵਿੱਚੋਂ ਗੁਜ਼ਰਦਾ ਤਾਂ ਉਸਨੂੰ ਖੁਦ ਨੂੰ ਬੌਂਸਰ ਰੱਖਣੇ ਪੈਂਦੇ ਨੇ। ਹਾਂਜੀ ਦੋਸਤੋ, ਅਸੀਂ ਗੱਲ ਕਰ ਰਹੇ ਹਾਂ ਸੁੱਖਾ ਬੌਂਸਰ ਦੀ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੀ ਬਾਇਓਗ੍ਰਾਫੀ ਲੈ ਕੇ ਆਏ ਹਾਂ। ਉਹਨਾਂ ਦੇ ਜੀਵਨ ਦੀ ਪੂਰੀ ਸੰਘਰਸ਼ਮਈ ਕਹਾਣੀ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ। ਸੋ ਦੋਸਤੋ, ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਅਤੇ ਇੱਕ ਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਲੱਗਿਆ ਘੰਟੀ ਦਾ ਬਟਨ ਜ਼ਰੂਰ ਦੱਬ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਦੋਸਤੋ, ਜੇਕਰ ਸੁੱਖਾ ਬੌਂਸਰ ਜੀ ਦੇ ਜਨਮ ਸਥਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਲੁਧਿਆਣਾ ਨੇੜੇ ਖੰਨਾ ਦੇ ਨੇੜੇ ਪੈਂਦੇ ਪਿੰਡ ਮਾਨਕ ਮਾਜਰਾ ਦੇ ਵਿੱਚ ਹੋਇਆ। ਦੋਸਤੋ, ਸੁੱਖੇ ਬੌਂਸਰ ਦਾ ਪੂਰਾ ਨਾਮ ਸੁਖਦੀਪ ਸਿੰਘ ਹੈ। ਦੋਸਤੋ, ਜੇਕਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਵਿੱਚ ਉਹ ਖੁਦ, ਉਹਨਾਂ ਦੇ ਮਾਤਾ ਪਿਤਾ, ਭਰਾ ਅਤੇ ਭੈਣ ਰਹਿੰਦੇ ਨੇ। ਦੋਸਤੋ, ਸੁੱਖੇ ਬੌਂਸਰ ਦਾ ਵਿਆਹ ਵੀ ਹੋ ਚੁੱਕਿਆ ਅਤੇ ਉਸਦੇ ਦੋ ਬੱਚੇ ਹਨ। ਸੁੱਖੇ ਬੌਂਸਰ ਦੇ ਭਰਾ ਦਾ ਵੀ ਵਿਆਹ ਹੋ ਚੁੱਕਿਆ, ਉਹਦੇ ਕੋਲ ਵੀ ਦੋ ਬੱਚੇ ਨੇ ਅਤੇ ਉਹਦੀ ਭੈਣ ਦਾ ਵੀ ਵਿਆਹ ਹੋ ਚੁੱਕਿਆ। ਅਤੇ ਦੋਸਤੋ, ਅੱਜ ਕੱਲ੍ਹ ਸੁੱਖਾ ਬੌਂਸਰ ਪੂਰੇ ਪਰਿਵਾਰ ਨਾਲ ਮਾਨਕ ਮਾਜਰਾ ਵਿਖੇ ਹੀ ਰਹਿ ਰਿਹਾ ਹੈ ਅਤੇ ਸੁੱਖਾ ਬੌਂਸਰ ਬਾਜੀਗਰ ਬਰਾਦਰੀ ਨੂੰ ਬਿਲੋਂਗ ਕਰਦਾ ਹੈ। ਦੋਸਤੋ, ਸੁੱਖੇ ਬੌਂਸਰ ਦਾ ਜਨਮ ਬਹੁਤ ਗਰੀਬ ਪਰਿਵਾਰ ਵਿੱਚ ਹੋਇਆ ਸੀ। ਉਸਦੇ ਮਾਤਾ ਪਿਤਾ ਦਿਹਾੜੀ ਦਾ ਕੰਮ ਕਰਦੇ ਸਨ, ਇਸ ਲਈ ਸੁੱਖੇ ਬੌਂਸਰ ਨੂੰ ਸ਼ੁਰੂ ਤੋਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਸੁੱਖੇ ਬੌਂਸਰ ਨੇ ਹਿੰਮਤ ਨਹੀਂ ਹਾਰੀ, ਉਹ ਚੱਲਦਾ ਰਿਹਾ। ਦੋਸਤੋ, ਸੁੱਖਾ ਬੌਂਸਰ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ। ਉਸਦੇ ਪਿਤਾ ਜੀ ਨੇ ਉਸਨੂੰ 6ਵੀਂ ਜਮਾਤ ਦੇ ਵਿੱਚ ਹੀ ਸਕੂਲ ਵਿੱਚੋਂ ਹਟਾ ਲਿਆ ਸੀ, ਜਿਸ ਤੋਂ ਬਾਅਦ ਉਸਨੂੰ ਹੋਟਲ 'ਤੇ ਭਾਂਡੇ ਮਾਂਜਣ ਦੇ ਲਈ ਲਗਾ ਦਿੱਤਾ ਗਿਆ ਸੀ। ਭਾਂਡੇ ਮਾਂਜਣ ਦੇ ਕੰਮ ਤੋਂ ਬਾਅਦ ਉਸਨੇ ਆਪਣੇ ਭਰਾ ਦੇ ਨਾਲ ਮਿਲ ਕੇ ਪਿੰਡ ਪਿੰਡ ਜਾ ਕੇ ਮੱਛਰਦਾਨੀ ਵੇਚਣ ਦਾ ਕੰਮ ਵੀ ਕੀਤਾ। ਮੱਛਰਦਾਨੀ ਦੇ ਕੰਮ ਤੋਂ ਬਾਅਦ ਉਹਨਾਂ ਨੇ ਬ੍ਰੈਡ ਪਕੌੜਿਆਂ ਦੀ ਰੇਹੜੀ ਦਾ ਕੰਮ ਸ਼ੁਰੂ ਕੀਤਾ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਦੋਸਤੋ, ਇਸ ਤੋਂ ਬਾਅਦ ਉਹਨਾਂ ਨੇ ਕਬਾੜ ਦਾ ਕੰਮ ਸ਼ੁਰੂ ਕੀਤਾ। ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਚਲਾਉਣ ਲਈ, ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਨ ਲਈ ਕਬਾੜ ਵੇਚਣਾ ਸ਼ੁਰੂ ਕਰ ਦਿੱਤਾ। ਕਬਾੜ ਦੇ ਕੰਮ ਵਿੱਚ ਸੁੱਖਾ ਬੌਂਸਰ ਨੂੰ 200-400 ਰੁਪਏ ਬਚ ਜਾਂਦੇ ਸਨ। ਇਸ ਦੇ ਨਾਲ ਉਸਦੇ ਕੋਲ ਆਪਣੇ ਖਰਚੇ ਪਾਣੀ ਜੋਗੇ ਪੈਸੇ ਆਉਣ ਲੱਗ ਗਏ। ਜਦੋਂ ਸੁੱਖਾ ਬੌਂਸਰ ਕਬਾੜ ਦਾ ਕੰਮ ਕਰ ਰਿਹਾ ਸੀ ਤਾਂ ਉਸਦਾ ਵਿਆਹ ਹੋ ਗਿਆ। ਦੋਸਤੋ, ਵਿਆਹ ਹੋਣ ਤੋਂ ਬਾਅਦ ਸੁੱਖਾ ਬੌਂਸਰ ਜਿੰਮ ਦੇ ਵਿੱਚ ਜਾਣ ਲੱਗ ਗਿਆ। ਸੁੱਖੇ ਬੌਂਸਰ ਨੇ ਜਿੰਮ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਅਤੇ ਆਪਣੀ ਇੱਕ ਵੱਖਰੀ ਬੋਡੀ ਬਣਾਈ, ਜਿਸ ਨੂੰ ਕਿ ਲੋਕ ਅੱਜ ਬਹੁਤ ਜ਼ਿਆਦਾ ਪਿਆਰ ਕਰਦੇ ਹਨ। ਹੁਣ ਸੁੱਖਾ ਬੌਂਸਰ ਪੰਜਾਬੀ ਸਿੰਗਰਾਂ ਦੇ ਨਾਲ ਬੌਂਸਰ ਦਾ ਕੰਮ ਕਰਨ ਲੱਗ ਗਿਆ। ਉਸਨੇ ਬਹੁਤ ਮਸ਼ਹੂਰ ਪੰਜਾਬੀ ਸਿੰਗਰਾਂ ਨਾਲ ਬੌਂਸਰ ਦਾ ਕੰਮ ਕੀਤਾ, ਜਿਵੇਂ ਗੁਰਦਾਸ ਮਾਨ, ਹਰੀ ਸਿੰਘ, ਰੁਪਿੰਦਰ ਹਾਂਡਾ। ਇਹਨਾਂ ਪ੍ਰਸਿੱਧ ਕਲਾਕਾਰਾਂ ਨਾਲ ਉਸਨੇ ਬੌਂਸਰ ਦਾ ਕੰਮ ਕੀਤਾ। ਇਸ ਕੰਮ ਵਿੱਚ ਉਸਦੇ 1400-1500 ਦਿਹਾੜੀ ਦੇ ਬਣ ਜਾਂਦੇ ਸਨ ਅਤੇ ਘਰ ਦਾ ਖਰਚ ਅਤੇ ਜਿੰਮ ਦਾ ਖਰਚ ਆਰਾਮ ਨਾਲ ਨਿਕਲ ਜਾਂਦਾ ਸੀ। ਅਤੇ ਹੌਲੀ ਹੌਲੀ ਦੋਸਤੋ, ਸੁੱਖਾ ਬੌਂਸਰ ਕਬੱਡੀ ਦੇ ਮੈਦਾਨਾਂ ਦੇ ਵਿੱਚ ਬੌਂਸਰ ਦਾ ਕੰਮ ਕਰਨ ਲਈ ਜਾਣ ਲੱਗ ਪਿਆ। ਦੋਸਤੋ, ਗੱਲ ਹੈ 2016 ਦੇ ਵਿੱਚ ਰਾਏਕੋਟ ਮੈਦਾਨ ਦੀ। ਕਬੱਡੀ ਦਾ ਬਹੁਤ ਵੱਡਾ ਟੂਰਨਾਮੈਂਟ ਸੀ, ਬਹੁਤ ਜ਼ਿਆਦਾ ਭੀੜ ਸੀ। ਮੈਦਾਨ ਦੇ ਵਿੱਚ ਕੁਝ ਲੋਕ ਸਰਕਲ ਲਾਈਨ 'ਤੇ ਬੈਠੇ ਸਨ। ਜਦੋਂ ਸੁੱਖੇ ਬੌਂਸਰ ਨੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਕਿਹਾ ਵੀ ਲਾਈਨ ਦੇ ਪਿੱਛੇ ਹੋ ਕੇ ਬੈਠੋ, ਤਾਂ ਲੋਕਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸੁੱਖੇ ਬੌਂਸਰ ਨੇ ਸੋਚਿਆ ਕਿ ਲੋਕ ਉਸਨੂੰ ਗਾਲਾਂ ਕੱਢ ਰਹੇ ਨੇ, ਪਰ ਉਲਟਾ ਲੋਕਾਂ ਨੇ ਸੁੱਖੇ ਬੌਂਸਰ ਨੂੰ ਕਿਹਾ ਕਿ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਹਾਂ। ਮੈਦਾਨ ਦੇ ਵਿੱਚ ਸੁੱਖਾ ਬੌਂਸਰ ਹੋ ਗਈ ਸੀ। ਸੋ ਦੋਸਤੋ, ਪਿੰਡ ਰਾਏਕੋਟ ਦੇ ਕਬੱਡੀ ਦੇ ਮੈਚ ਦੇ ਵਿੱਚ ਹੀ ਸੁੱਖਾ ਬੌਂਸਰ ਮਸ਼ਹੂਰ ਹੋ ਚੁੱਕਿਆ ਸੀ। ਇਸ ਤੋਂ ਬਾਅਦ ਦੋਸਤੋ, ਝੜੇਕੇ ਪਿੰਡ ਵਿੱਚ ਲੋਕਾਂ ਨੇ ਸੁੱਖੇ ਬੌਂਸਰ ਦੀ ਟੀ ਸ਼ਰਟ ਲੁਹਾਈ। ਇਸ ਟੂਰਨਾਮੈਂਟ ਵਿੱਚ ਸੁੱਖਾ ਬੌਂਸਰ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ। ਲੋਕਾਂ ਦਾ ਪਿਆਰ ਦੇਖ ਕੇ ਸੁੱਖੇ ਬੌਂਸਰ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਸਨ। ਸੁੱਖਾ ਬੌਂਸਰ ਅੱਜ ਵੀ ਕਹਿੰਦਾ ਕਿ ਉਹ ਰਾਤਾਂ ਨੂੰ ਜਾਗ ਜਾਗ ਕੇ ਸੋਚਦਾ ਕਿ ਲੋਕ ਉਸਨੂੰ ਇੰਨਾ ਜ਼ਿਆਦਾ ਪਿਆਰ ਕਿਉਂ ਕਰਦੇ ਨੇ। ਦੋਸਤੋ, ਜਦੋਂ ਵੀ ਸੁੱਖਾ ਬੌਂਸਰ ਕਿਸੇ ਟੂਰਨਾਮੈਂਟ 'ਤੇ ਜਾਂਦਾ ਤਾਂ ਉਸਦੀ ਖੁਰਾਕ 2 ਝੋਲਿਆਂ ਦੇ ਵਿੱਚ ਪੈਕ ਹੋ ਕੇ ਜਾਂਦੀ ਹੈ। ਦੋਸਤੋ, ਜੇਕਰ ਸੁੱਖੇ ਬੌਂਸਰ ਦੀ ਖੁਰਾਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਖੁਰਾਕ ਦੇ ਵਿੱਚ ਕਾਲੇ ਚਨੇ, ਬਦਾਮ, ਦੁੱਧ ਨਾਲ ਬ੍ਰੈਡ, ਆਂਡੇ, ਦੁੱਧ ਦਾ ਗਲਾਸ, ਦਲੀਆ, ਓਟਸ, 12 ਵਜੇ ਫਰੂਟ, 1:30 ਵਜੇ ਰੋਟੀ, ਦਹੀਂ, ਚਿਕਨ, 4 ਵਜੇ 4 ਆਂਡੇ, ਕੇਲੇ, ਪ੍ਰੋਟੀਨ, ਫਿਰ 2 ਘੰਟੇ ਜਿੰਮ, ਜਿੰਮ ਤੋਂ ਬਾਅਦ ਫਿਰ 10 ਆਂਡੇ ਅਤੇ ਉਸ ਤੋਂ ਬਾਅਦ ਫਿਰ ਪ੍ਰੋਟੀਨ। ਆਪਣੀ ਬੋਡੀ ਨੂੰ ਮੇਨਟੇਨ ਰੱਖਣ ਦੇ ਲਈ ਸੁੱਖਾ ਬੌਂਸਰ ਇਹ ਸਾਰੀਆਂ ਖੁਰਾਕਾਂ ਖਾਂਦਾ ਹੈ। ਦੋਸਤੋ, ਜੇਕਰ ਗੱਲ ਕੀਤੀ ਜਾਵੇ ਸੁੱਖੇ ਬੌਂਸਰ ਨੂੰ ਕਬੱਡੀ ਖੇਡ ਦੇ ਵਿੱਚ ਕਿਹੜੇ ਰੇਡਰ ਪਸੰਦ ਹਨ ਤਾਂ ਉਹਨਾਂ ਦੇ ਫੇਵਰੇਟ ਰੇਡਰ ਹਨ ਸੰਦੀਪ ਲੁੱਧਰ, ਬਾਗੀ ਪਰਮਜੀਤਪੁਰਾ ਅਤੇ ਸੁਲਤਾਨ, ਅਤੇ ਉਹਨਾਂ ਦੇ ਫੇਵਰੇਟ ਜਾਫੀ ਹਨ ਟਾਰਜਨ, ਅੰਮ੍ਰਿਤ ਔਲਖਵਾਲਾ ਅਤੇ ਫਰਿਆਦ ਅਲੀ। ਦੋਸਤੋ, ਜੇਕਰ ਸੁੱਖੇ ਬੌਂਸਰ ਦੇ ਸਨਮਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਬਹੁਤ ਸਾਰੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਸੁੱਖੇ ਬੌਂਸਰ ਨੂੰ ਰਾਜੂ ਧਨੋਆ ਨੇ ਬੋਲਟ ਨਾਲ ਸਨਮਾਨਿਤ ਕੀਤਾ। ਪਿੰਡ ਰਾਏਕੋਟ ਦੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਦੇ ਮੌਕੇ 'ਤੇ ਉਸਦੇ ਮਾਤਾ ਪਿਤਾ ਨੂੰ ਸੋਨੇ ਦੀ ਮੁੰਦੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਦੋਸਤੋ, ਸੁੱਖੇ ਬੌਂਸਰ ਦੀ ਸਭ ਤੋਂ ਵੱਡੀ ਪ੍ਰਾਪਤੀ ਉਹਨਾਂ ਦੀ ਬਾਲੀਵੁੱਡ ਫਿਲਮ, ਜੋ ਕਿ ਪੰਜਾਬੀ ਰੈਪ ਸਟਾਰ ਬਾਦਸ਼ਾਹ ਅਤੇ ਸੋਨਾਕਸ਼ੀ ਸਿਨਹਾ ਦੇ ਨਾਲ ਆਈ ਸੀ। ਇਸ ਫਿਲਮ ਦੇ ਵਿੱਚ ਸੁੱਖੇ ਬੌਂਸਰ ਦੇ 5 ਸੀਨ ਹਨ। ਦੋਸਤੋ, ਸੁੱਖੇ ਬੌਂਸਰ ਦਾ ਕਹਿਣਾ ਹੈ ਕਿ ਅੱਜ ਮੈਂ ਜਿੱਥੇ ਵੀ ਹਾਂ ਮਾਂ ਖੇਡ ਕਬੱਡੀ ਕਰਕੇ ਹਾਂ।
ਸੁੱਖਾ ਬੌਂਸਰ ਮਾਂ ਖੇਡ ਕਬੱਡੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਕਿਉਂਕਿ ਮਾਂ ਖੇਡ ਕਬੱਡੀ ਕਰਕੇ ਹੀ ਸੁੱਖੇ ਬੌਂਸਰ ਦਾ ਨਾਂ ਬਣਿਆ ਹੈ। ਦੋਸਤੋ, ਇੱਕ ਕਬਾੜ ਵੇਚਣ ਵਾਲਾ, ਭਾਂਡੇ ਮਾਂਜਣ ਵਾਲਾ, ਰੇਹੜੀ ਲਾਉਣ ਵਾਲਾ ਜੇਕਰ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੋਇਆ ਮਿਹਨਤ ਕਰਕੇ ਬਾਲੀਵੁੱਡ ਤੱਕ ਪਹੁੰਚ ਸਕਦਾ, ਆਪਣੀ ਮੰਜ਼ਿਲ 'ਤੇ ਪਹੁੰਚ ਸਕਦਾ, ਤਾਂ ਤੁਸੀਂ ਕਿਉਂ ਨਹੀਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ? ਤੁਹਾਨੂੰ ਸੁੱਖੇ ਬੌਂਸਰ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਕੰਮ ਨੂੰ ਕਰਨ ਲਈ ਲਗਨ, ਮਿਹਨਤ ਬਹੁਤ ਜ਼ਰੂਰੀ ਹੈ। ਜੇਕਰ ਲਗਨ ਅਤੇ ਮਿਹਨਤ ਨਾਲ ਕੰਮ ਕਰੋਗੇ ਤਾਂ ਸਫਲਤਾ ਜ਼ਰੂਰ ਮਿਲੇਗੀ। ਦੋਸਤੋ, ਸਾਨੂੰ ਆਸ ਹੈ ਕਿ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਊਗੀ। ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਉ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਨਾਲ ਲੱਗਾ ਘੰਟੀ ਦਾ ਬਟਨ ਜ਼ਰੂਰ ਦੱਬ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਉਸਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਰੱਬ ਰਾਖਾ।